ਸਤਿਗੁਰ ਦੀ ਸਾਰਾ ਨੂੰ ਸੌਣ ਦਾ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਇਟਲੀ ਦੇ ਵਿੱਚ 112699 ਨਵੇਂ ਕੇਸ 414 ਮਰੀਜ਼ਾਂ ਦੀ ਹੋਈ ਮੌਤ 19938 ਮਰੀਜ਼ ਵਾ ਠੀਕ ਅਤੇ 915337 ਜਿਹੜੇ ਟੈਸਟ ਇਟਲੀ ਦੇ ਵਿੱਚ ਕੀਤੇ ਗਏ ਨੇ ਤਾਂ ਸੋਦੀ ਪੋਜ਼ਿਟਿਵਿਟੀ ਦੀ ਜ਼ਿਕਰ ਗੱਲ ਕੀਤੀ ਜਾਵੇ ਤੇ ਅੱਜ 12.31 ਚੱਲ ਰਹੀ ਸੀ ਉਧਰ ਜੇਕਰ ਅਸੀਂ ਗੱਲ ਕਰੀਏ ਟੈਸਟਾਂ ਦੀ ਕੇਸ ਪਾਸੇ ਕਿੰਨੇ ਜਿਹੜੇ ਕੇਸ ਹਨ ਲੁੰਬਰਦੀਏ ਦੇ ਵਿੱਚ 14999 ਵੇਨੇ ਤੋਂ 11902 ਮੀਲੀਅਰ ਰੋਮਾਨੀਆ ਦੇ ਵਿੱਚ 12000 12 ਕੰਪਨੀਆਂ ਦੇ ਵਿੱਚ 10000 10000 ਤੋਂ ਉੱਤੇ ਜਿਹੜਾ ਕੇਸ ਉੱਤੇ ਦਰਜ ਹੋਇਆ ਜੀ ਉਧਰ ਹੀ ਜੇ ਅਸੀਂ ਗੱਲ ਕਰਦੇ ਹਾਂ ਤੁਸਕਾਨਾ ਦੀ ਤਾਂ 8175 ਪਿਮੋਨ ਦੇ ਵਿੱਚ 6915 ਲਾਟਿਓ ਦੇ ਵਿੱਚ 11612 ਸਿਚੀਲਿਆ 6452 ਪੂਲੀਅਤ 7110 ਲਿਗੂਰੀਆ 3177 ਫ੍ਰੀਲੀ ਬਨੇਸਾ ਜੂਲਿਆ 3149 ਮਾਰਕੇ 4607 ਅਬਰੂਤਸੋ ਦੇ ਵਿੱਚ 2756 ਕਲਾਬ ਦੀਆ 2215 ਬੁਲਸਾਨ 1486 ਉੰਬਰੀਆ 1072 ਸਰਦੀਨ 1564 ਤਰਿੰਤੋਂ 1163 ਬਜ਼ਲੀਗਾਤਾ 1017 ਮੋਲੀਜ਼ੇ ਦੇ ਵਿੱਚ 401 ਅਤੇ ਵਾਲੇ ਦੋਸਤਾ ਦੇ ਵਿੱਚ 149 ਨਮਾ ਜਿਹੜਾ ਟੋਟਲ ਕੇਸ ਦਰਜ ਹੋਇਆ ਜੀ ਵਾਦਿਆਂ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਉਹ ਖਬਰ ਇਹ ਹੈ ਜੀ ਕਿ ਇਟਲੀ ਦੇ ਵਿੱਚ ਜਿਹੜੀ ਆ ਗ੍ਰੀਨ ਪਾਸ ਜਿਨ੍ਹਾਂ ਨੇ ਤਿੰਨ ਡੋਜ਼ਾਂ ਲਵਾਈਆਂ ਅਨਲਿਮਿਟਿਡ ਰੈੱਡ ਜ਼ੋਨਾਂ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਤਿੰਨ ਰੋਜ਼ਾਂ ਲਵਾਈਆਂ ਜਾਂ ਫਿਰ ਵੈਕਸੀਨੇਟਡ ਬੰਦੇ ਨੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਹੋਊਗੀ ਜਿਹੜੇ ਬੰਦੇ ਰੈੱਡ ਜ਼ੋਨ ਦੇ ਵਿੱਚ ਬਿਨਾ ਮਾਸਕ ਵਾਲੇ ਹੋਣਗੇ ਉਹਨਾਂ ਨੂੰ ਪਾਬੰਦੀਆਂ ਦੇ ਅਧੀਨ ਰਹਿਣਾ ਪੈਣਾ 11 ਫਰਵਰੀ ਤੋਂ ਬਾਅਦ ਜਿਹਦੇ ਕਰ ਦੇਖੀਏ ਤਾਂ ਮਾਸਕਾ ਜਿਹੜੇ ਲਾ ਦਿੱਤੇ ਜਾਣੇ ਆ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਰਚ 31 ਮਾਰਚ ਤੋਂ ਬਾਅਦ ਮਾਰਚ ਦੇ ਐਂਡ ਦੇ ਵਿੱਚ ਜਿਹੜੀ ਸਤਾਤੋ ਦੀ ਐਮਰਜੈਂਸੀ ਹੈ ਇਹਨੂੰ ਅੱਗੇ ਨਹੀਂ ਵਧਾਇਆ ਜਾਣਾ ਇਸ ਟਾਈਮ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਹੁਣ ਹੀ ਖਤਮ ਕਰ ਦਿੱਤਾ ਜਾਊਗਾ ਜੀ ਉਸ ਤੋਂ ਬਾਅਦ ਜਿਹੜੇ ਆਪਣੇ ਸ਼ਹਿਰ ਜੋ ਮੱਤਾ ਰੈਲਾ ਜੀ ਇੱਕ ਵਾਰ ਫੇਰ ਬਣੇ ਇਟਲੀ ਦੇ ਰਾਸ਼ਟਰਪਤੀ ਉਹਨਾਂ ਦਾ ਬਿਆਨ ਆ ਜੀ ਉਹ ਕਹਿ ਰਹੇ ਨੇ ਕਿ ਅਸੀਂ ਹੁਣ ਇਸ ਵਾਰਸ਼ ਦੇ ਖਿਲਾਫ ਜ਼ਿਆਦਾ ਢਿੱਲ ਨਹੀਂ ਵਰਤਣੀ ਇਸ ਨੂੰ ਜਲ ਤੋਂ ਜਲਦ ਠੀਕ ਕਰਨ ਦੀ ਲੋੜ ਹੈ ਜੀ WHO ਦੇ ਬਿਆਨ ਆ ਰਹੇ ਨੇ ਕਿ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਜੇਕਰ ਓਮਿਕਰੋਨ ਵਾਇਰਸ ਇੰਨਾ ਘਾਤਕ ਨਹੀਂ ਵੀ ਲੱਗ ਰਿਹਾ ਪਰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਹੋ ਵੀ ਜਾਵੇ ਯੂਰਪ ਦੀ ਮੈਡੀਕਲ ਏਜੰਸੀ ਕਹਿ ਰਹੀ ਹੈ ਕਿ ਓਮਿਕਰੋਨ ਵਾਇਰਸ ਦਾ ਜਿਹੜਾ BA2 ਵਾਇਰਸ ਹੈ ਇਹਦੇ ਖਿਲਾਫ ਸਾਡੇ ਕੋਲ ਇੰਨਾ ਡਾਟਾ ਨਹੀਂ ਹੈਗਾ ਪਰ ਫਿਰ ਵੀ ਸਾਨੂੰ ਇਸ ਤੋਂ ਫਿਰ ਵੀ ਸਾਨੂੰ ਇਸ ਤੋਂ ਜ਼ਿਆਦਾ ਸਾਵਧਾਨ ਰਹਿਣ ਦੀ ਲੋੜਾ ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਵਿੱਚ ਕومیਤਾ ਤੋਂ ਟੈਕਨੀਕੋ ਸੈਂਟੀਫਿਕੋ ਵਾ ਜਿਹੜਾ ਜਿਹੜੀ ਐਮਰਜੈਂਸੀ ਇੱਕ ਬਣਾਈ ਗਈ ਸੀ ਇੱਕ ਕਮੇਟੀ ਇਸ ਨੂੰ ਬੰਦ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਕਿਉਂਕਿ ਹੁਣ ਇਸ ਟਾਈਮ ਦੱਸਿਆ ਜਾ ਰਿਹਾ ਕਿ ਸ਼ਾਇਦ ਕੋਈ ਵੀ ਇਸ ਦੀ ਲੋੜ ਨਹੀਂ ਹੋਊਗੀ ਉਦੋਂ ਹੀ ਮੱਤੇ ਉਹ ਸਲਵਿਨੀ ਵੀ ਇਸ ਟਾਈਮ ਦੱਸਿਆ ਜਾ ਰਿਹਾ ਕਿ ਪੋਜ਼ਿਟਿਵ ਪਰੋਖ ਕਹਿ ਰਹੇ ਨੇ ਕਿ ਅਸੀਂ ਹੁਣ ਵੀ ਮੈਂ ਆਪਣੇ ਆਪ ਨੂੰ ਬਿਲਕੁਲ ਠੀਕ ਰੱਖ ਰਹੇ ਹਾਂ ਗ੍ਰੀਨ ਪਾਸ ਦੱਸਿਆ ਜਾ ਰਿਹਾ ਕਿ ਇਸ ਗ੍ਰੀਨ ਪਾਸ ਨੂੰ ਯੂਰਪ ਯੂਨੀਅਨ ਕਹਿ ਰਹੀ ਹੈ ਕਿ ਗ੍ਰੀਨ ਪਾਸ ਨੂੰ ਘੱਟੋ ਘੱਟ 2023 ਤੱਕ ਕਰ ਦਿੱਤਾ ਜਾਣਾ ਚਾਹੀਦਾ ਦੱਸਿਆ ਜਾ ਰਿਹਾ ਹੈ ਕਿ 30 ਜੂਨ 2023 ਤੱਕ ਇਸ ਗ੍ਰੀਨ ਜਿਹੜਾ ਡਿਜੀਟਲ ਆ ਯੂਰਪ ਪਰ ਦਾ ਡਿਜੀਟਲ ਗ੍ਰੀਨ ਪਾਸਾ ਨੂੰ 30 ਜੂਨ 2023 ਤੱਕ ਇਹਦੀ ਵੈਲਿਡਿਟੀ ਹੋਣਾ ਹੋਣੀ ਚਾਹੀਦੀ ਆ ਉਧਰ ਦੀ ਯੂਰਪ ਦੀ ਮੈਡੀਕਲ ਏਜੰਸੀ ਇਹ ਵੀ ਕਹਿ ਰਹੀ ਹੈ ਕਿ ਜਿਹੜੇ ਬੂਸਟਰ ਲਾਰਜ ਲਾਏ ਜਾ ਰਹੇ ਨੇ ਦੂਸਰਾ ਬੂਸਟਰ ਲਾਇਆ ਜਾ ਰਿਹਾ ਇਸ ਦਾ ਐਫੀ ਕਾਚਾ ਕਿੰਨਾ ਅਸਰ ਕਿੰਨਾ ਕਰਦੀ ਹੈ ਇਹਦੇ ਉੱਤੇ ਬਹੁਤ ਟਿੱਪਣੀ ਜਣ ਟਿੱਪਣੀ ਕਰਨਾ ਬਹੁਤ ਹੀ ਛੇਤੀ ਹੋਵੇਗਾ ਇਨ ਘੱਟ ਸਮੇਂ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਕਿ ਦੂਜੇ ਡੋਜ਼ ਨਾਲ ਕਿੰਨਾ ਫਾਇਦਾ ਹੋ ਰਿਹਾ ਜਾਂ ਫਿਰ ਕਿੰਨਾ ਫਾਇਦਾ ਨਹੀਂ ਹੋ ਰਿਹਾ ਤੇ ਇਸ ਦੇ ਨਾਲ ਜਿਹੜੇ ਫਾਇਜ਼ਰ ਕੰਪਨੀ ਦੀ ਆ ਪਾਕਸ ਲੋਵੀ ਦਾ ਜਿਹੜਾ ਉਹਨਾਂ ਦੀ ਗੋਲੀ ਆ ਉਸ ਗੋਲੀ ਨੂੰ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ 11200 ਬੰਦਿਆਂ ਦੇ ਉੱਤੇ ਟ్రਾਈ ਕੀਤਾ ਗਿਆ ਇਟਲੀ ਦੇ ਵਿੱਚ ਪਹੁੰਚ ਗਈਆਂ ਨੇ ਤੇ ਇਹ ਬੰਦਿਆਂ ਨੂੰ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਜਾਣੀਆਂ ਨੇ ਤੇ ਇੱਕ ਲੋ ਪਾਲ ਕੋ ਜੀ ਦਾ ਵੀ ਇੱਕ ਬਿਆਨ ਆ ਰਿਹਾ ਹੈ ਕਿ ਸ਼ਾਇਦ ਸਿਆਲ ਦੇ ਵਿੱਚ ਸ਼ਾਇਦ ਸ਼ਾਇਦ ਸਿਆਲ ਦੇ ਵਿੱਚ ਚੌਥੀ ਡੋਜ਼ ਵੀ ਵੈਕਸੀਨ ਦੀ ਲੱਗ ਸਕਦੀ ਹੈ ਫਿਲਹਾਲ ਇਹ ਪੱਕਾ ਨਹੀਂ ਹੈਗਾ ਇੰਗਲੈਂਡ ਤੋਂ ਆ ਰਿਹਾ ਅਪਡੇਟ ਜੀ ਇੰਗਲੈਂਡ ਦੇ ਵਿੱਚ 36 ਵੋਲੰਟੀਅਰ ਨੇ ਵਾਇਰਸ ਆਪਣੇ ਆਪ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਸਰਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ 36 ਦੇ ਨੱਕ ਦੇ ਵਿੱਚ ਸਿਰਫ ਇੱਕ ਵਾਇਰਸ ਦੀ ਬੂੰਦ ਹੀ ਪਾਈ ਦੱਸਿਆ ਜਾ ਰਿਹਾ ਹੈ ਕਿ 42 ਘੰਟਿਆਂ ਬਾਅਦ ਹੀ ਉਹਨਾਂ ਦੇ ਵਿੱਚ ਜਿਹੜੇ ਇਨਫੈਕਸ਼ਨ ਉਹਨੀ ਸ਼ੁਰੂ ਹੋ ਗਈ ਤੇ 12 ਦਿਨਾਂ ਤੱਕ ਉਹ ਪੋਜ਼ਿਟਿਵ ਰਹੀ ਨੀ ਦਿਨ ਇਹ ਇਸ ਐਕਸਪੀਰੀਅੰਸ ਦੇ ਨਾਲ ਜਿਹੜੇ ਸਾਇੰਟਿਸਟ ਆ ਇਹਨਾਂ ਨੂੰ ਬਹੁਤ ਕੋਸ਼ ਸਿੱਖਣ ਨੂੰ ਮਿਲਿਆ ਜੀ ਅਗਲਾ ਅਪਡੇਟ ਆ ਰਿਹਾ ਜੀ ਆਪਣਾ ਇੱਕ ਸ਼ਰਾਬੀ ਬੰਦਾ ਆਫਿਸ ਦੇ ਵਿੱਚ ਗੱਡੀ ਦੇ ਨਾਲ ਪਹੁੰਚ ਜਾਂਦਾ ਤੇ ਸ਼ਰਾਬੀ ਬੰਦਾ ਆਫਿਸ ਦੇ ਨਾਲ ਗੱਡੀ 'ਚ ਪਹੁੰਚਦਾ ਜਿੱਥੇ ਉਹ ਕੰਮ ਵੀ ਨਹੀਂ ਕਰਦਾ ਹੁੰਦਾ ਸ਼ਰਾਬ ਪੀਤੀ ਹੁੰਦੀ ਤੇ ਬ੍ਰੇਕ ਵੱਜਦੇ ਨਹੀਂ ਸੱਦਾ ਆਫਿਸ ਦੇ ਵਿੱਚ ਛੀਛੇ ਬੰਨ ਕੇ ਪਹੁੰਚ ਜਾਂਦਾ ਜਿਸ ਟਾਈਮ ਉਹਦੀ ਸ਼ਰਾਬ ਦਾ ਟੈਸਟ ਕੀਤਾ ਗਿਆ ਸ਼ਰਾਬ ਦਾ ਜਿਸ ਟਾਈਮ ਟੈਸਟ ਕੀਤਾ ਗਿਆ ਜੀ ਉਹਦਾ 2.5 ਸੀ ਜੋ ਕਿ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੰਤੰਨ ਦਰਿਆ ਦੇ ਵਿੱਚ ਬਿੱਲੂ ਨੋ ਦੇ ਸੰਤੰਨ ਦਰਿਆ ਦੇ ਵਿੱਚ ਆ ਵਿਆ ਮੈਜ਼ਾ ਤੈਰਾ ਦੇ ਵਿੱਚ ਜਿੱਥੇ ਇਸ ਬੰਦੇ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਸ਼ੀਸ਼ੇ ਛੂਛੇ ਭੰਨ ਕੇ ਆਫਿਸ ਦੇ ਵਿੱਚ ਤਮਾਕੀਦਾਰ ਐਂਟਰੀ ਕੀਤੀ ਜੋ ਕਿ ਫਿਲਮਾਂ ਦੇ ਵਿੱਚ ਹੀਰੋ ਕਰਦੇ ਆ ਅਗਲਾ ਅਪਡੇਟ ਅਗਲਾ ਅਪਡੇਟ ਆ ਰਿਹਾ ਜੀ ਕਿ ਜਿਹੜੇ ਬੈਂਕਾਂ ਦੇ ਅਕਾਊਂਟ ਨੇ ਬੈਂਕਾਂ ਦੇ ਵਿੱਚ ਪਏ ਅਕਾਊਂਟ ਵੀ ਬੰਦ ਕੀਤੇ ਜਾ ਸਕਦੇ ਨੇ ਜਿਸ ਕਾਰਨ ਕੀ ਹੈ ਜੀ ਜੇ ਬੈਂਕਾਂ ਦੇ ਵਿੱਚ ਅਕਾਊਂਟ ਉਸ ਵੇਲੇ ਸੀਲ ਕੀਤੇ ਜਾਂਦੇ ਆ ਜੇਕਰ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਪਿਆ ਉਹਨਾਂ ਦੀ ਪਹਿਲੀ ਗੱਲ ਦਾ ਚੇਕ ਕਰ ਉਹਨਾਂ ਦੇ ਵਿੱਚ ਲੱਖਾਂ ਤੋਂ ਉੱਤੇ ਪੈਸਾ ਪਿਆ ਅਤੇ ਉਹ ਸਾਲ ਦੇ ਵਿੱਚ ਆਈ ਚਲਾਈ ਦੇ ਵਿੱਚ ਕੁਝ ਨਹੀਂ ਹੋ ਰਹੀ ਤਾਂ ਫਿਰ ਜਿਹੜਾ ਬੈਂਕ ਵਾਲਾ ਪੈਸਾ ਬੰਦ ਕਰ ਸਕਦੇ ਆ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਜਿੰਨੀ ਅਸਿਨਿਓ ਸੋਚਾਲੇ ਮਿਨੀਮਮ ਹੁੰਦੀ ਹੈ ਜੇਕਰ ਉਸ ਤੋਂ ਪੈਸੇ ਘੱਟ ਹੋਣ 2022 ਦੇ ਵਿੱਚ 467 ਰੁਪਏ ਮਹੀਨੇ ਦੇ ਆ ਰਹੇ ਆ ਜੇਕਰ ਕਿਸੇ ਦੇ ਬੈਂਕ ਦੇ ਵਿੱਚ 467 ਯਰੋ ਤੋਂ ਘੱਟ ਹੋਣ ਤੇ ਸਾਲ ਦੇ ਵਿੱਚ ਜੇ ਉਹਦੇ ਇੰਨੇ ਪੈਸੇ ਨਹੀਂ ਹੁੰਦੇ ਤਾਂ ਫਿਰ ਉਸ ਦੇ ਜਿਹੜੀਆਂ ਬੈਂਕ ਨੂੰ ਕਟਿਆ ਵੀ ਜਾ ਸਕਦਾ ਕੈਂਸਲ ਕੀਤਾ ਜਾ ਸਕਦਾ 1401 ਯਰੋ ਘੱਟ ਤੋਂ ਘੱਟ ਬੰਦੇ ਦੀ ਸਾਲ ਦੇ ਵਿੱਚ ਜਿਹੜੀ ਆ ਉਹਦੇ ਪੈਸੇ ਹਜ਼ਾਰਗ ਹੋਣਾ ਚਾਹੀਦਾ ਨਹੀਂ ਤਾਂ ਸਾਲ ਦੇ ਵਿੱਚ ਵਿੱਚ ਉਹਨਾਂ ਦੇ ਜਿਹੜੇ ਬੈਂਕ ਦੇ ਅਕਾਊਂਟ ਆ ਖਾਤੇ ਬੰਦ ਵੀ ਕੀਤੇ ਜਾ ਸਕਦੇ ਕਾਫੀ ਹੱਦ ਤੱਕ ਇਹਦਾ ਮਤਲਬ ਕੀ ਹੈ ਜੀ ਤੁਹਾਡੀ ਬੈਂਕ ਦੇ ਵਿੱਚ ਘੱਟ ਤੋਂ ਘੱਟ 450 ਯਰੋ ਹੋਣਾ ਚਾਹੀਦਾ ਤੇ ਤੁਹਾਨੂੰ ਘੱਟ ਤੋਂ ਘੱਟ ਆਈ ਜੁਲਾਈ ਕਰਨੀ ਚਾਹੀਦੀ ਜੇਕਰ ਤੁਹਾਡਾ ਅਕਾਊਂਟ ਬਿਲਕੁਲ ਖਾਲੀ ਪਿਆ ਤਾਂ ਤੁਹਾਡਾ ਖਾਲੀ ਪਿਆ ਅਕਾਊਂਟ ਮੰਦ ਕੀਤਾ ਜਾ ਸਕਦਾ ਅਗਲਾ ਅਪਡੇਟ ਆ ਰਿਹਾ ਜੀ ਇੱਕ ਬਾਣਿਓ ਦੇ ਵਿੱਚ ਇੱਕ ਬਾਥਰੂਮ ਦੇ ਵਿੱਚ ਤਿੰਨ ਬੰਦਿਆਂ ਤਿੰਨ ਜਾਨੇ ਨੇ ਕੁੱਟਿਆ ਇੱਕ ਕਲਾਇੰਟ ਇੱਕ ਕਲਾਇੰਟ ਬਾਹਰ ਦੇ ਵਿੱਚ ਸੀਗਾ ਬਾਹਰ ਦੇ ਵਿੱਚ ਉਹ ਬਾਥਰੂਮ ਵਾਸ਼ਰੂਮ ਦੇ ਵਿੱਚ ਸੀਗਾ ਬਾਣਿਓ ਦੇ ਵਿੱਚ ਸੀ ਉਹਨਾਂ ਨੂੰ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਤੇ ਉਹਦੇ ਵਿੱਚ ਜਿਹੜੇ ਤਿੰਨ ਰਗਤ ਸੀ ਨਹੀਂ ਸੀਗੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ ਉਹਨਾਂ ਨੇ ਉਸ 50 ਸਾਲ ਦੇ ਬਜ਼ੁਰਗ ਨੂੰ ਕਿਹਾ ਕਿ ਛੇਤੀ ਨਿਕਲ ਕੇ ਸਾਨੂੰ ਵੀ ਕਾਲੀ ਆ ਪਰ ਬਜ਼ੁਰਗ ਨਿਕਲਣ ਨੂੰ ਦੇਰ ਰਹੀ ਕੀਤੀ ਜਿੱਦਾਂ ਹੀ ਉਹਨੇ ਦਰਵਾਜ਼ਾ ਖੋਲ੍ਹਿਆ ਤਿੰਨਾਂ ਨੇ ਢਾ ਕੇ ਘਸੁੰਨ ਮੁੱਕਾ ਚੰਗਾ ਸਿੱਟਿਆ ਜੀ ਉਹਦੇ ਯਾਨੀ 50 ਸਾਲ ਦੇ ਬਜ਼ੁਰਗ ਦਾ ਉਹਨਾਂ ਨੇ ਚੰਗਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਸ਼ਾਇਦ ਜਿਹੜੇ ਸਿੱਖਣ ਘਰ ਆਲੇ ਆ ਉਹਨਾਂ ਦੇ ਵਿੱਚ ਵੀ ਭੇਜਿਆ ਜਾ ਸਕਦਾ ਆ ਸਹੀ ਹੁੰਨੀ ਕੋ ਸੈਨੀ ਉਹਨਿਕੋ ਜਿਨ੍ਹਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਆਪਣੇ ਬੰਦੇ ਇਟਲੀ ਦੇ ਵਿੱਚ ਜਿਨ੍ਹਾਂ ਦੇ ਬੱਚਿਆਂ ਦੀ ਉਮਰ 21 ਸਾਲ ਤੱਕ ਆ ਪੈਸੇ ਮਿਲਦੇ ਆ ਇਹਦਾ ਦਮੰਦਾ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਪਰ ਆਪਣੇ ਮਨਦੀਪ ਭਾਜੀ ਤੇ ਰਣਜੀਤ ਭਾਜੀ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਆਨਲਾਈਨ ਕਰਨ ਦੇ ਲਈ ਤੁਹਾਡੇ ਕੋਲ ਸਿਰਫ ਫੋਟੋ ਸਿਰਫ ਸਪਿਡ ਆਈਡੀ ਦੀ ਲੋੜ ਆ ਤੇ ਸਪਿਡ ਆਈਡੀ ਤੋਂ ਬਿਨਾ ਹੁਣ ਕੋਈ ਵੀ ਦਮੰਦਾ ਨਹੀਂ ਹੁੰਦਾ ਜ਼ਿਆਦਾਤਰ ਜਿਹੜੇ ਦਮੰਦਦੇ ਨੇ ਸਪਿਡ ਆਈਡੀ ਦੇ ਨਾਲ ਹੀ ਕੀਤੇ ਜਾਂਦੇ ਨੇ ਜੀ ਉਸ ਤੋਂ ਬਾਅਦ ਜੇਕਰ ਆਪਣੇ ਅਗਲੇ ਅਪਡੇਟ ਵੱਲ ਦਸੀਏ ਤਾਂ ਦੱਸਿਆ ਜਾ ਰਿਹਾ ਕਿ ਯੂਰਪ ਨੇ ਜਿਹੜਾ ਹੁਣ ਖਤਰੇ ਦੀ ਜੇ ਲਾਈਨ ਦੇ ਵਿੱਚ ਦੇਖੇ ਤਾਂ ਪੂਰੇ ਦਾ ਪੂਰਾ ਯੂਰਪ ਹੁਣ ਪੂਰੀ ਤਰ੍ਹਾਂ ਖਤਰੇ ਦੀ ਜਿਹੜੀਆਂ ਲਾਈਨ ਦੇ ਵਿੱਚ ਪਹੁੰਚ ਚੁੱਕਾ ਜੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਇਹ ਜਿਹੜਾ ਵਾਇਰਸ ਆ ਮਿਲਾਨ ਦੀ ਜਿਹੜੀ ਬੀਕੋਕਾ ਯੂਨੀਵਰਸਿਟੀ ਦੇ ਸ਼ੂਤ ਦੇ ਬਿਮਾਰੀਆਂ ਦੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਵਾਇਰਸ ਹੁਣ ਉਸ ਤਰ੍ਹਾਂ ਉਸ ਕੈਟਾਗਰੀ ਦੇ ਵਿੱਚ ਚਲਾ ਗਿਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਅੰਤ ਨਹੀਂ ਹੋ ਸਕਦਾ ਜਦ ਤੱਕ ਖੰਘ ਰੀਸ਼ਾ ਜੁਕਾਮ ਨਹੀਂ ਇਹਨਾਂ ਦਾ ਅੰਤ ਨਹੀਂ ਹੁੰਦਾ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਫੈਲਦੀਆਂ ਰਹਿੰਦੀਆਂ ਹਨ ਪਰ ਨੁਕਸਾਨ ਇਹਨਾਂ ਦਾ ਥੋੜਾ ਜਿਹਾ ਘੱਟ ਹੁੰਦਾ ਹੈ ਸਿਜੀਲੀਆ ਦੇ ਵਿੱਚ ਹੋਰ 68 ਡਾਕਟਰਾਂ ਨੂੰ ਲਾਇਆ ਗਿਆ ਕੰਮ ਤੋਂ ਕਾਰਨ ਕੀ ਹੈ ਜੇ ਸਿਜੀਲੀਆ ਦੇ ਵਿੱਚ ਜਿਹੜੇ ਪਲਹਿਰਮੋਂ ਦੇ ਵਿੱਚ 18 ਡਾਕਟਰ ਆ ਇਹਨਾਂ ਨੇ ਆਪਣੇ ਜਿਹੜੇ ਵੈਕਸੀਨੇਸ਼ਨ ਦਾ ਜਿਹੜੀ ਪ੍ਰੋਸੈਸ ਪੂਰੀ ਨਹੀਂ ਕੀਤੀ ਸੀ ਤੇ ਉੱਤੇ ਹੋਰ 100 ਜਿਹੜੇ ਡਾਕਟਰ ਆ ਉਹਨਾਂ ਨੂੰ ਵੀ ਸਸਪੈਂਡ ਕੀਤਾ ਜਾ ਸਕਦਾ ਜੇਕਰ ਉਹ 15 ਫਰਵਰੀ ਤੱਕ ਆਪਣਾ ਪ੍ਰੋਸੈਸ ਪੂਰਾ ਨਹੀਂ ਕਰਦੇ ਸਵੇਸੀਆ ਦੁਆਰਾ ਜੀ ਅਗਲਾ ਅਪਡੇਟ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ 9 ਫਰਵਰੀ ਤੋਂ ਜਿੰਨੀਆਂ ਵੀ ਲੱਗੀਆਂ ਹੋਈਆਂ ਪਾਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰ ਦੇਣਾ ਜੀ ਉਹਨਾਂ ਨੇ ਸਾਰਿਆਂ ਨੂੰ ਹਲਾ ਦੇਣਾ ਆਪਣਾ ਅਗਲਾ ਅਪਡੇਟ ਆ ਰਿਹਾ ਜੀ ਲਾਸਟਲੇ 7 ਦਿਨਾਂ ਦੇ ਵਿੱਚ ਜੇਕਰ ਗਲਤੀ ਕਰੀਏ ਤਾਂ ਚਾਰਾਂ ਦੇ ਵਿੱਚੋਂ ਇੱਕ ਚਾਰਾਂ ਔਰਤਾਂ ਦੇ ਵਿੱਚੋਂ ਇੱਕ ਔਰਤ ਉਹ ਸੀ ਜੋ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਤੇ ਉਹ ਕੋਵਿਡ ਪੋਜ਼ੀਟਿਵ ਸਨ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਹਰ ਇੱਕ ਔਰਤ ਨੂੰ WHO ਕਹਿ ਰਹੀ ਹੈ ਵੈਕਸੀਨੇਸ਼ਨ ਕਰਾਉਣ ਦੀ ਲੋੜ ਹੈ ਜੇਕਰ ਕੋਈ ਜੇਕਰ ਕੋਈ ਬੰਦਾ ਇਸ ਟਾਈਮ ਪੋਜ਼ੀਟਿਵ ਹੀ ਹੈ ਜੇਕਰ ਕੋਈ ਔਰਤ ਪ੍ਰੈਗਨਨਸੀ ਦੇ ਵਿੱਚ ਵੀ ਪੋਜ਼ੀਟਿਵ ਆ ਤਾਂ ਫਿਰ ਵੀ ਉਸ ਨੂੰ ਜਿਹੜਾ ਕਰਵਾਉਣਾ ਚਾਹੀਦਾ ਹੈ ਜੀ ਗ੍ਰੀਨ ਪਾਸ ਉੱਤੇ ਜੇਕਰ ਗੱਲ ਕਰੀਏ ਆਪਣੇ ਅਗਲੇ ਅਪਡੇਟ ਆ ਰਹੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਕਿ 2023 ਤੱਕ ਯੂਰਪ ਯੂਨੀਅਨ ਦਾ ਜਿਹੜਾ ਗ੍ਰੀਨ ਪਾਸ ਆ ਉਹਨੂੰ ਬਤਾ ਦਿੱਤਾ ਗਿਆ ਜਰਮਨ ਦੇ ਵਿੱਚ ਜਿਹੜੇ ਐਕਸਪਰਟ ਨੇ ਉਹ ਕਹਿ ਰਹੇ ਨੇ ਜਿਹੜੀ 18 ਸਾਲ ਤੋਂ ਜਿੰਨਾ ਵੀ ਬੰਦਿਆਂ ਦੀ ਉਮਰ ਉੱਤੇ ਆ ਉਹਨਾਂ ਦੀ ਜਿਹੜੀ ਆ ਨੋਵਾ ਵੈਕਸ ਦੀ ਜਿਹੜੀ ਆ ਵੈਕਸੀਨ ਲੱਗਣੀ ਚਾਹੀਦੀ 18 ਸਾਲ ਤੋਂ ਉੱਤੇ ਜਿਹੜੀ ਇਹ ਐਮ ਆਰ ਐਨ ਐ ਸਿਸਟਮ ਦੇ ਨਾਲ ਤਰੀਕੇ ਦੇ ਨਾਲ ਬਣਾਈ ਗਈ ਇਹਨਾਂ ਦੇ ਲਈ ਇਹੀ ਵੈਕਸੀਨ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਜੀ ਉਸ ਤੋਂ ਬਾਅਦ ਜੋ ਆਪਣਾ ਅਗਲਾ ਅਪਡੇਟ ਆ ਰਿਹਾ ਦੱਸਿਆ ਜਾ ਰਿਹਾ ਕਿ ਕੱਲ ਨੂੰ ਜਿਹੜੀਆਂ ਗੋਲੀਆਂ ਨੇ ਤਕਰੀਬਨ 11200 ਗੋਲੀਆਂ ਜਿਸ ਦੀ ਅਸੀਂ ਗੱਲ ਕੀਤੀ ਸੀ ਫਾਈਜ਼ਰ ਦੀਆਂ ਗੋਲੀਆਂ ਇਟਲੀ ਦੇ ਵਿੱਚ 11200 ਪੱਤੇ ਇਥੇ ਪਹੁੰਚ ਜਾਣੇ ਜੋ ਕਿ ਸਾਰੇ ਫਿਰ ਡਾਕਟਰ ਜਾਂ ਫਿਰ ਬੰਦਿਆਂ ਨੂੰ ਕੋਲ ਅੱਗੇ ਤੋਂ ਅੱਗੇ ਪਹੁੰਚਾਈ ਜਾਣੇ ਜੀ ਔਰ ਇਸਤਾਨੋ ਦਾ ਇੱਕ ਹਸਪਤਾਲ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 6 ਬੰਦਿਆਂ ਦੀ ਮੌਤ ਲਾਸਟ 4 ਦਿਨਾਂ ਦੇ ਵਿੱਚ ਹੋ ਗਈ ਹੈ ਤੇ ਉੱਥੇ ਕੋਵਿਡ ਦੇ ਜਿਹੜੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਹੀ ਜਾ ਰਹੀ ਹੈ ਇਮੀਗ੍ਰੇਸ਼ਨ ਵਾਲ ਵੀ ਜਾਂਦੇ ਜਾਂਦੇ ਦੇਖ ਲੈਣਾ ਜੀ ਇਮੀਗ੍ਰੇਸ਼ਨ ਦੇ ਬਾਰੇ ਬਹੁਤ ਪੁੱਛਿਆ ਜਾ ਰਿਹਾ ਕਿ ਜਿਹੜੇ ਪੇਪਰ ਆ ਕਿੰਨੇ ਟਾਈਮ ਦੇ ਖੁੱਲਣੇ ਆ ਕਿੰਨੇ ਟਾਈਮ ਦੇ ਵਿੱਚ ਨਿਕਲਣ ਸਾਦੇ ਦੇਖੋ ਜੀ ਘੱਟ ਤੋਂ ਘੱਟ ਤੁਸੀਂ 3 ਤੋਂ 6 ਮਹੀਨੇ ਲਾ ਕੇ ਚੱਲੋ ਜੇਕਰ ਤੁਹਾਡੇ 1 ਮਹੀਨੇ ਦੇ ਵਿੱਚ ਵੀ ਨਿਕਲ ਜਾਣ ਤੇ ਉਹ ਬਹੁਤ ਹੀ ਵਧੀਆ ਗੱਲ ਆ ਪਰ ਤੁਸੀਂ ਵੱਧ ਤੋਂ ਵੱਧ ਟਾਈਮ ਲਾ ਕੇ ਚੱਲੋ ਜਿੰਨੀ ਛੇਤੀ ਫਿਰ ਨਿਕਲਦੇ ਆ ਤੁਹਾਡੇ ਲਈ ਹੀ ਉਹ ਖੁਸ਼ੀ ਦੀ ਗੱਲ ਹੈਗੀ ਹੈ ਜੀ ਇਦੇ ਨਾਲ ਜੋ ਹੁਣ ਤੱਕ ਦੀਆਂ ਖਬਰਾਂ ਨੇ ਖਾਸ ਕਰ ਸਾਰੀਆਂ ਮੁੱਕਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਮਿਲਾਂਗੇ ਜੀ ਕੱਲ ਦੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੌਣ ਰਹੇ ਸੀ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ